ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਮੇਰਾ ਨਾਮ ਹੈ ਮੁਹੰਮਦ ਰਮਜ਼ਾਨ ਔਰ ਆਪ ਭਾਈ ਦੇਖ ਰਹੇ ਹੈ ਬਿਸਮਿਲ੍ਲਾ ਬੈਸਟ ਯੂਟਿਊਬ ਚੈਨਲ। ਦੋਸਤੋ, ਇਸ ਚੈਨਲ ਪੇ ਆਪਕਾ ਵੈਲਕਮ ਹੈ। ਆਜ ਕੀ ਵੀਡੀਓ ਪੇ, ਆਜ ਕੀ ਵੀਡੀਓ ਹੈ ਅਲਹਮਦ ਡੈਰੀ ਫਾਰਮ ਭਾਈ ਮਨਾਜ਼ਰ ਕੇ ਪਾਸ ਮੌਜੂਦ ਹੈ। ਡੇਟ ਹੈ ਜੀ 19 ਮਈ 2024, ਇਤਵਾਰ ਕਾ ਦਿਨ, ਇਤਵਾਰ ਵਾਲੇ ਦਿਨ ਜਨਾਬ ਵੀਡੀਓ ਹੋਤੀ ਹੈ ਭਾਈ ਮਨਾਜ਼ਰ ਕੀ। ਬੜੇ ਖੂਬਸੂਰਤ ਔਰ ਪਿਆਰੇ ਪਿਆਰੇ ਮੁਨਾਸਿਬ ਪ੍ਰਾਈਜ਼ ਮੇਂ ਜਾਨਵਰ ਲੈ ਕੇ ਹਾਜ਼ਰ ਹੋਤੇ ਹੈ। ਆਜ ਹੀ ਰੈਗੂਲਰ ਜਨਾਬ ਆਪਕੇ ਸਾਹਮਣੇ ਹਾਜ਼ਰ ਹੈ, ਬੜੀ ਪਿਆਰੀ ਸੀ ਮਾਸ਼ਾਅੱਲਾ ਜੀ ਗਾਈਆਂ ਲੈ ਕੇ ਇੰਤਹਾਈ ਮੁਨਾਸਿਬ ਪ੍ਰਾਈਜ਼ ਕੇ ਸਾਥ। ਬਾਕੀ ਡਿਟੇਲ ਹੈ ਵੀ ਭਾਈ ਮਨਾਜ਼ਰ ਲੈਤੇ ਹੈਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮਨਾਜ਼ਰ ਭਾਈ ਕੀ ਹਾਲ ਹੈ? ਅਸਲਾਮ ਅਲੈਕੁਮ। ਹੁਣ ਬੋਲੋ ਨਾ, ਸ਼ੌਕ ਆਇ ਖਲੋਣ ਦਾ, ਹੁਣ ਜਵਾਬ ਦਿਓ ਨਾ ਸਲਾਮ ਦਾ। ਵਾਲੇਕੁਮ ਸਲਾਮ। ਬਾਕੀ ਦਾ ਆਖੀ ਦਾ ਵਾਲੇਕੁਮ ਅਸਲਾਮ। ਇਹ ਬੱਚਿਆਂ ਆਖਿਆ ਜੀ ਅਸਾਂ ਖਲੋਣਾ, ਅੱਜ ਇੰਟਰੋ ਦੇ ਵਿੱਚ ਥੋੜ੍ਹਾ ਫੇਰ ਸਿੱਖਣਾ, ਬਾਅਦ 'ਚ ਆਪਣੀ ਵੀਡੀਓ ਵੇਖਣੀ ਹੈ। ਸ਼ੌਕੀਨ ਬੱਚੇ ਨੇ। ਬਾਕੀ ਮਨਾਜ਼ਰ ਭਾਈ ਕੋਲ ਭਾਈ ਸਾਡੇ ਕਮੈਂਟ ਕਰਦੇ ਨੇ, ਭਾਈ ਸਹੀਦ ਨਾਂ ਨੇ, ਭਾਈ ਸਹੀਦ ਚਕਵਾਲ ਤੋਂ ਅੱਜ ਵੀਡੀਓ ਵੇਖ ਰਹੇ ਨੇ। ਮਨਾਜ਼ਰ ਭਾਈ ਦੀ ਬੜੀ ਸ਼ੌਕ ਨਾਲ ਵੀਡੀਓ ਵੇਖਦੇ ਨੇ। ਆਦੇ ਨੇ ਭਾਈ ਰਮਜ਼ਾਨ ਬਹੁਤ ਜ਼ਿਆਦੀ ਕਰਦੇ ਹੋ, ਭਾਈ ਮਨਾਜ਼ਰ ਦਾ ਰੇਟ ਮੁਨਾਸਿਬ ਲਾਉਂਦਾ, ਤੁਸੀਂ ਹੋਰ ਛੁਡਵਾਉਂਦੇ ਹੋ। ਦੋਸਤੋ, ਗੱਲ ਇਹ ਹੈ ਭਾਈ ਮਜ਼ਦੂਰੀ ਜਾਇਜ਼ ਥੋੜ੍ਹਾ ਲੱਦ ਪੰਜਾਬੀ ਦੀ ਕਹਾਵਤ ਇੱਕ ਸਵੇਲੇ ਆ। ਬਾਕੀ ਸਾਡੀ ਕੋਸ਼ਿਸ਼ ਹੁੰਦੀ ਹੈ ਭਾਈ ਮਨਾਜ਼ਰ ਹੋਵੇ, ਫਾਰਮਰ ਇਹ ਹੋਣ ਜਾਂ ਕੋਈ ਫਾਰਮਰ ਹੋਵੇ, ਰੇਟ ਕੰਮ ਤੁਹਾਡੇ ਵਾਸਤੇ ਕਰਾਉਣ ਦੀ ਕਿ ਮੁਨਾਸਿਬ ਤੋਂ ਮੁਨਾਸਿਬ ਲੱਗੇ। ਲੇਕਿਨ ਇਹ ਮਾਸ਼ਾਅੱਲਾ ਜੀ ਭਾਈ ਨੇ ਮਨਾਜ਼ਰ ਸਾਹਿਬ ਇੰਤਹਾਈ ਮੁਨਾਸਿਬ ਰੇਟ ਲਾਉਂਦੇ ਨੇ, ਮੇਰੀ ਵੀ ਬੜੀ ਇੱਜ਼ਤ ਕਰਦੇ ਨੇ ਮਾਸ਼ਾਅੱਲਾ, ਜਿਵੇਂ ਆਖੀਦਾ ਜੀ ਰੇਟ ਕੰਮ ਕਰ ਛੋੜਦੇ ਨੇ। ਲੇਕਿਨ ਹਲਕੀ ਫੁਲਕੀ ਮਜ਼ਦੂਰੀ ਥੋੜ੍ਹੀ ਜਿਹੀ ਰੱਖ ਕੇ ਇਹਨਾਂ ਦਾ ਵੀ ਹੱਕ ਬਣਦਾ ਹੈ। ਅੱਜ ਵੀ 4 ਗਾਵਾਂ ਵੀਡੀਓ 'ਚ ਆਏ ਨੇ, ਜੇ ਮੁਨਾਸਿਬ ਰੇਟ ਲਾ ਕੇ ਜਨਾਬ ਹਾਜ਼ਰ ਹੋਏ ਨੇ ਅਤੇ ਬੜੇ ਕਮ ਰੇਟਾਂ ਵਿੱਚ ਗਾਵਾਂ, ਚੰਗੀਆਂ ਗਾਵਾਂ, ਆਮ ਮਾਸ਼ਾਅੱਲਾ ਜੀ ਗਾਵਾਂ ਨਹੀਂ ਹੈ, ਪਿਓਰ ਆਸਟ੍ਰੇਲੀਅਨ ਫ੍ਰੀਜ਼ੀਅਨ ਐਚ ਆ ਬਰੀਡ ਦੀਆਂ ਮਾਲਕ ਅਤੇ ਬਾਕੀ ਡਿਟੇਲਾਂ ਮਜ਼ੀਦ ਲੈਣੇ ਭਾਈ ਮਨਾਜ਼ਰ ਜੀ। ਭਾਈ 4 ਦਾਣੇ, 4 ਦਾਣੇ ਪੈਕੇਜ ਹੈ ਜੀ, ਪੈਕੇਜ ਹੈ। ਮਾਸ਼ਾਅੱਲਾ, ਅੱਛੀਆਂ ਬਰੀਡਾਂ, ਠੀਕ ਹੈ, ਅੱਛੀਆਂ ਚੀਜ਼ਾਂ। ਅੱਗੋ ਜਨਾਬ 2 ਦਾਣੇ 4 ਦਾਣੇ ਠੀਕ ਹੋ ਗਿਆ। ਜਿਹੜੇ ਮੈਂ ਰੇਟ ਜਿਹੜੇ ਮੈਂ ਪਿਛਲੀ ਵੀਡੀਓ 'ਚ ਆ ਕੇ ਭਾਈ ਮਨਾਜ਼ਰ ਹੋਰ ਮੁਹੱਬਤ ਦੇਣੀ, ਹੋਰ ਮੁਹੱਬਤ ਦੇਣੀ, ਖੁਸ਼ ਹੋ ਕੇ ਦਿੱਤੇ ਹਨ ਨਾ ਜੀ, ਬਿਲਕੁਲ। ਕੋਈ ਦੋਸਤ ਜੀ ਖੁਸ਼ ਹੋ ਕੇ ਭਾਈ ਰੇਟ ਦਿੱਤੇ ਹਨ, ਨਾਰਾਜ਼ ਮੇਰੇ ਨਾਲ ਕੋਈ ਨਹੀਂ ਹੈ ਜੀ। ਰੇਟ ਕਿਤੋਂ ਸਟਾਰਟ ਹੁੰਦਾ ਅੱਜ? 2,60,000 ਖਾਲੀ, 2,60,000 ਜੀ। ਕਿਆ ਬਾਤ ਦੋਸਤ ਜੀ, 2,60,000 ਕੋਲ ਸਟਾਰਟਿੰਗ ਹੁੰਦੀ ਪਈ। ਲੰਬਾ ਇੰਟਰੋ ਨਾ ਕਰਦੇ ਬੋਰ ਹੋ ਜਾਂਦੇ ਹੋ, ਗਾਵਾਂ ਚੈੱਕ ਕਰਾਉਂਦੇ ਹਾਂ। ਪਸੰਦ ਆਈ ਵੀਡੀਓ ਤਾਂ ਲਾਈਕ ਲਾਜ਼ਮੀ ਕਰਨਾ, ਸ਼ੇਅਰ ਲਾਜ਼ਮੀ ਕਰਨਾ ਅਤੇ ਬਾਕੀ ਨਵੇਂ ਭਾਈ ਦੇ ਰਿਕੁਐਸਟ ਹੈ ਤੁਸੀਂ ਭਾਈ ਸਾਹਿਬ। ਮਜ਼ੀਦ ਇਸ ਤਰ੍ਹਾਂ ਕੀ ਵੀਡੀਓਜ਼ ਦੇਖਣ ਕੇ ਲਈ ਬਿਸਮਿਲ੍ਲਾ ਬੈਸਟ ਚੈਨਲ ਕੋ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕਨ ਕੋ ਪ੍ਰੈਸ ਕੀਜੀਏ ਤਾਂ ਕਿ ਹਮਾਰੀ ਹਰ ਨਈ ਆਨੇ ਵਾਲੀ ਵੀਡੀਓ ਕਾ ਨੋਟੀਫਿਕੇਸ਼ਨ ਆਪ ਕੋ ਬਆਸਾਨੀ ਮਿਲ ਸਕੇ। ਬਿਸਮਿਲ੍ਲਾ ਰਹਿਮਾਨ ਰਹੀਮ। ਦੋਸਤੋ ਜੀ, ਅਲਹਮਦ ਡੈਰੀ ਫਾਰਮ ਤੇ ਪਹਿਲਾ ਦਾਣਾ ਸਕਰੀਨ ਤੇ, ਮਾਸ਼ਾਅੱਲਾ ਆਸਟ੍ਰੇਲੀਅਨ ਫ੍ਰੀਜ਼ਨ ਤੇ ਚੋਲਿਸਤਾਨੀ ਵੈਲੀ ਯੰਗ। ਅੱਜ ਜਨਾਬ ਬੜੇ ਪੈਕੇਜ ਵਾਲੀ ਵੀਡੀਓ, ਬਾਈਆਂ ਮੁਕੰਮਲ ਵੇਖਣੀ ਤੇ ਸਕਿਪ ਨਹੀਂ ਕਰਨੀ, ਇੱਕ ਇੱਕ ਜਾਨਵਰ ਜਿਹੜਾ ਤਸੱਲੀ ਨਾਲ ਵੇਖਣਾ ਤੇ ਪਹਿਲੀ ਵੈੜੀ ਚੈੱਕ ਕਰਵਾਉਣ ਲੱਗੀਆਂ ਭਾਈਆਂ ਨੂੰ, ਬੜੇ ਵੱਡੇ ਵੇਟ ਦੀ ਗਾਂ ਵੀ ਚੈੱਕ ਕਰਾਉਣੀ ਹੈ। ਟੋਟਲ ਅੱਜ ਜਨਾਬ 4 ਜਾਨਵਰ ਮਾਸ਼ਾਅੱਲਾ 2,60,000 ਤੋਂ ਅੱਜ ਰੇਟ ਦੀ ਸਟਾਰਟਿੰਗ ਹੁੰਦੀ ਪਈ। ਪਹਿਲਾ ਦਾਣਾ ਸਕਰੀਨ ਤੇ ਆਸਟ੍ਰੇਲੀਅਨ ਫ੍ਰੀਜ਼ੀਅਨ ਤੇ ਰੈੱਡ ਵੀ ਆਖ ਸਕਦੇ ਹੋ, ਜਰਸੀ ਵੀ ਆਖ ਸਕਦੇ ਹੋ, ਸਾਈਡਾਂ ਤੋਂ ਕਲਰ ਚੰਗਾ, ਇੱਥੇ ਵੇਖੋ ਕੁਆਲਿਟੀ ਮਾਸ਼ਾਅੱਲਾ ਭਾਈ ਮਨਾਜ਼ਰ। ਦੋਸਤੋ ਜੀ, ਇੱਕ ਇੱਕ ਦਾਣੇ ਤੇ ਫੋਕਸ ਕਰਕੇ ਮਾਸ਼ਾਅੱਲਾ ਜਾਨਵਰ ਲੈ ਕੇ ਆਏ ਨੇ। ਚੋਲਿਸਤਾਨੀ ਦੀ ਟਚਿੰਗ ਭਾਈਆਂ ਨਜ਼ਰ ਆਉਂਦੀ ਪਈ ਆ, ਡੋਟਸ ਵਗੈਰਾ ਔਰ ਮੂੰਹ ਦੀ ਕਿੰਨੀ ਭਾਈ ਮਨਾਜ਼ਰ ਪਹਿਲੀ ਵਾਰੀ ਔਰ ਆ ਜਾਓ ਰਮਜ਼ਾਨ ਭਾਈ, ਗੱਲ ਗਲਤ ਕਰਨੀ ਨਹੀਂ ਇਨਸ਼ਾਅੱਲਾ ਆਪਣੀ ਵੀਡੀਓ ਤੇ ਚੈਕਿੰਗ ਹੋਏਗੀ। ਦੋਸਤੋ ਜੀ, ਲਾਈਵ ਦੁੰਦੀ ਵੱਛੀ ਗੁੱਡ ਗੱਲ ਹੋਈ ਨਾ ਦੋਸਤੋ ਜੀ, ਅੱਗੇ ਵਾਓ ਦੁੰਦੀ ਵੱਛੀ ਤੇ ਹੁਣ ਕੁਆਲਟੀਆਂ ਵੇਖ ਰਮਜ਼ਾਨ ਭਾਈ। ਆ ਫਿਰ ਇਹ ਨਹੀਂ ਬਾ ਪਹਿਲਣ ਹੋ ਗਈ, ਲੱਤਾਂ ਚਾਣੀਆਂ ਜਾਂ ਐਂ ਦਾ ਕੰਮ ਕੋ ਕਰਨਾ ਹੈ, ਸ਼ਰਾਫਤ ਕੋਈ ਚੱਕਰ ਨਹੀਂ, ਨਾੜਾ ਵੇਨਾ ਤੇ ਸ਼ਰੀਫ ਜਾਨਵਰ ਮੁਰਤੀ ਕਾਲਾ ਖਾਨ, ਕਾਲਾ ਖਾਨ ਜੀ ਹਾਂ, ਸੋਹਣੀ ਚਵਾਈ ਅਜੇ ਰਮਜ਼ਾਨ ਭਾਈ, ਵੈੜੀ ਜੜੀ ਨਾ ਦਿਹਾੜੇ 3 ਤੋਂ 4 ਲੈਂਦੀ ਹੈ, ਕੱਚੀ ਹੈ ਸਮਝੋ ਕਿ ਵੇਖਦੇ ਪਿਓ ਹੈ, ਲਾਈ ਆਂਦੀ ਏ, ਲਾਈ ਆਂਦੀ, ਲਾਈ ਆਂਦੀ ਏ। ਦੋਸਤੋ ਜੀ, ਪੂਰਾ ਮਾਸ਼ਾਅੱਲਾ ਜੀ ਹੀਰਾ ਚੈੱਕ ਕਰਵਾਉਂਦੇ ਪਏ ਹਾਂ। ਅੱਗੇ ਭਾਈ ਆਦਾ ਇੱਕ ਕਮੈਂਟ ਭਾਈ ਕੀਤਾ ਜੀ, ਭਾਈ ਰਮਜ਼ਾਨ ਅੱਜ ਸਾਡਾ ਵੀ ਵਟਸਐਪ ਤੇ ਸਾਡਾ ਵੀ ਹੀਰਾ ਵੇਖੋ ਭਾਈ, ਗਾਂ ਬੈ ਜੀ ਕੈਪਟਨ ਭਾਈ ਸਾਡੇ ਇੱਕ ਨੇ, ਬੜੀ ਸਟੈਂਡਰਡ ਦੀ ਗਾਂ ਦੀ ਵਿਖਾਈ ਨਹੀਂ ਮਾਸ਼ਾਅੱਲਾ। ਤੇ ਨੰਬਰ ਦੱਸੋ ਜੀ, ਹੇਕਰ ਮੂੰਹ ਦੀ ਦੁੰਦੀ ਵੱਛੀ ਤੇ ਇਹ ਕੁਆਲਿਟੀ ਤੇ ਇਹ ਸਬਬ ਦੁੰਦੀ ਵੈੜੀ ਹੋ ਗਏ ਤੇ ਸੈਫੁੱਲਾ ਬਿਰਾਇਕ ਵਾਰੀ ਵੱਛੀ ਨੂੰ ਫੇਰ ਲੈ ਜਾ, ਵੱਛੀ ਦੇ ਪੂਰੇ ਸ਼ੌਕ ਆ। ਦੋਸਤੋ ਜੀ, ਛੋਟੇ ਛੋਟੇ ਸਿੰਘ ਆ, ਝੁੰਗੀ ਆ ਨਜ਼ਰ ਆਉਂਦੀ ਪਈ ਤੁਹਾਨੂੰ,
ਬਾਕੀ ਕਿੰਨਾ ਟਾਈਮ ਲੈ ਸੀ? ਪਹਿਲੀ ਵੈੜੀ ਤੇ ਮੁਕੰਮਲ ਚੱਲੀ ਰਮਜ਼ਾਨ ਜ਼ਿਆਦਤੀ ਕਰਦੇ ਹੋ ਬਾਈ ਮਨਾਜ਼ਰ ਨਾਲ। ਮੈਂ ਤੇ ਕੋਸ਼ਿਸ਼ ਕਰਨੀ ਬਾਈਆਂ ਵਾਸਤੇ ਕਿ ਰੇਟ ਮਜ਼ੀਦ ਮੁਨਾਸਿਬ ਹੋ ਜਾਵੇ, ਥੋੜੀ ਜਿਹੀ ਮਜ਼ਦੂਰੀ ਰੱਖ ਕੇ ਥੋੜਾ ਜਿਹਾ। ਮੈਂ ਅੱਗੇ ਬਾਈ ਨਾਲ ਕਦੇ ਨਹੀਂ ਇਤਰਾ ਕੰਮ ਕੀਤਾ ਜੀ। 3,50,000 ਦਾ ਪਹਿਲਾ ਦਾਣਾ ਰੇਟ ਸੁਣਨਾ ਤੇ ਵੱਛੀ ਵੇਖਣੀ ਮੌਕੇ ਤੇ ਆ ਕੇ ਜਾਨਵਰ ਵੇਖੋ, ਤਸੱਲੀ ਕਰੋ। 2 ਨੰਬਰ ਦਾ ਜਾਨਵਰ ਦੋਸਤੋ ਜੀ, ਸਕਰੀਨ ਤੇ ਵੈੜੀ ਨੰਬਰ 2 ਅਲਹਮਦ ਡੈਰੀ ਫਾਰਮ ਤੇ ਮਾਸ਼ਾਅੱਲਾ ਜਰਸੀ ਫਰੀਜ਼ੀਅਨ ਆਸਟ੍ਰੇਲੀਅਨ ਫਰੀਜ਼ੀਅਨ ਵੀ ਆ ਸਕਦੇ ਦੋਸਤੋ ਜੀ। ਆਸਟ੍ਰੇਲੀਅਨ ਫਰੀਜ਼ੀਅਨ ਜਰਸੀ ਕ੍ਰਾਸ ਟਚਿੰਗ ਚੋ ਲਿਸਾਨੀ ਦੀ ਇਹ ਸਾਰਾ ਕੁਝ ਇੱਕ ਹੀ ਹੁੰਦਾ ਹੈ। ਨੰਬਰ 2 ਦਾ ਜਾਨਵਰ ਪੈਕੇਜ ਜੀ, ਪੈਕੇਜ ਵੀਡੀਓ ਵਿੱਚ 3,50,000 ਦੀ ਪਹਿਲੇ ਨੰਬਰ ਤੇ ਵੈੜੀ ਲੱਗੀ ਤੇ ਹੁਣ ਨੰਬਰ 2 ਦੀ ਕੱਦ ਬਹੁਤ ਹਾਈਟ ਨਸਲ ਤੇ ਕੁਆਲਿਟੀ ਵੇਖਦੇ ਪਿਓ ਜਾਨਵਰ ਦਾ ਖਿਲਾ ਕਿਸ ਤਰ੍ਹਾਂ ਦਾ, ਥੱਲੋਂ ਕੀ ਕੁਝ ਕਰੇਗੀ। ਨੰਬਰ 2 ਦਾ ਜਾਨਵਰ ਮੂੰਹ ਦੀ ਹੈ ਕਿੰਨੀ ਜੀ? ਚੌਗੀ ਵੈੜੀ ਪਹਿਲਾ ਵਾਰ ਫਸਟ ਟਾਈਮਰ ਮਾਸ਼ਾਅੱਲਾ ਚੌਗੀ ਫਸਟ ਟਾਈਮਰ ਦੋਸਤੋ ਜੀ, ਵੈੜੀ ਚੈੱਕ ਕਰਵਾ ਜਾ ਰਹੀ ਤੇ ਨੰਬਰ ਵੀਡੀਓ ਦਾ 2 ਜੀ ਹੈਥ ਫੇਸ ਹੁਣ ਚੈੱਕ ਕਰੋ ਦੋਸਤੋ ਜੀ। ਹਾਈਟ ਵੇਟ ਹੀ ਵੇਖੋ, ਥੱਲੋਂ ਕੁਆਲਿਟੀਆਂ ਤਾਂ ਨਜ਼ਰ ਆ ਹੀ ਰਹੀਆਂ ਲੇਕਿਨ ਚਲਦੀ ਇੱਕ ਵਾਰੀ ਵੈੜੀ ਦੀ ਜਿਹੜੀ ਨਾ ਮਾਸ਼ਾਅੱਲਾ ਪੂਰੀ ਆਪਣੇ ਆਪ ਵਿੱਚ ਪਹਿਚਾਨ। ਨੰਬਰ 2 ਸਰ ਕਿੰਨਾ ਟਾਈਮ ਲੈ ਸੀ? 4-5 ਦਿਨ ਨਿਸ਼ਾਨੀ ਕ੍ਰਾਸ ਹੁੰਦਾ ਹਲਕਾ ਫੁਲਕਾ ਛੋੜ ਦੇ ਸੈਫੁੱਲਾ ਬਾਈ, ਹੈ ਵੈੜੀ ਚੱਲਣ ਦੇ, ਵੈੜੀ ਦੇ ਤਾਂ ਹੀ ਪਤਾ ਲੱਗਣੀ ਕੁਆਲਿਟੀ ਥੋੜੀ ਚੱਲੇਗੀ ਤਾਂ। ਤੇ ਬਾਕੀ 4-5 ਦਿਨ ਲੈ ਸੀ ਬਾਈ ਮਨਾਜ਼ਰ। ਨੰਬਰ 2 ਦਾ ਜਾਨਵਰ ਕੀ ਰੇਟ ਲਾਓਗੇ? ਰਮਜ਼ਾਨ ਬਾਈ ਤੁਹਾਨੂੰ ਦੱਸਿਆ ਰੇਟ ਜਿਹੜੇ ਆਪਣੇ ਇਨਸ਼ਾਅੱਲਾ ਮਾਰਕੀਟ ਤੋਂ ਹਟ ਕੇ ਮਾਰਕੀਟ ਜਾਨਵਰ ਦੇ ਹਿਸਾਬ ਨਾਲ ਮੇਰਾ ਰੇਟ ਇਨਸ਼ਾਅੱਲਾ ਠੀਕ ਹੋ ਸਕਦਾ। ਠੀਕ ਹੈ ਜੀ, ਠੀਕ ਹੈ ਲਾ ਪਿਆਰ ਮੁਹੱਬਤ ਬਾਈ। ਫਿਰ ਵੈੜੀ ਨਿੱਕੀ ਨੇ ਅੱਗੋ ਗਿਆ ਨਾ ਨਾ ਵੱਡੀ ਵੈੜੀ ਨਾ ਵੱਡੀ ਕਦ ਬਹੁਤ ਹੀ ਮਾਸ਼ਾਅੱਲਾ ਬਿਲਕੁਲ ਰਮਜ਼ਾਨ ਬਾਈ ਦੂਜੇ ਸੂਬੇ ਤੇ ਜਾਣੇ ਆ ਨਾ ਹਾਂ ਗਾਂ ਆਪਣਾ ਮਨਾ ਛੜ ਸੀ ਅੱਲਾ ਇਸ ਦੀ ਜ਼ਿੰਦਗੀ ਕਰੇ ਇਨਸ਼ਾਅੱਲਾ। ਜਿਸ ਬਾਈ ਲੈਣੀ ਉਹਦੇ ਨਸੀਬ ਜੋ ਨਾ ਨਸੀਬ ਬਿਲਕੁਲ ਤੱਲੂ ਸੋਹਣੀ ਮਾਸ਼ਾਅੱਲਾ ਕੁਆਲਿਟੀ ਬੜੀ ਬਣਾਉਂਦੀ ਆਲੀ ਦੋਸਤੋ। ਗਾਂ ਚੰਗੀ ਤੇ ਨੰਬਰ ਜਨਾਬ 2 ਮਨਾ ਦੇ ਸਾਹਿਬ ਕੀ ਰੇਟ ਦੇ ਉਹ? 3,70,000 ਰੁਪਏ। 3,70,000 ਬਿਲਕੁਲ ਲਾਸਟ ਰੇਟ ਲਾਣਾ ਜਿੱਥੇ ਆਪਣੇ ਆਪ ਨੂੰ ਕੋਈ 5-4 ਹਜ਼ਾਰ ਹੀ ਬੱਚੇ। ਅੱਛਾ ਹਾਂ
ਬੜੇ ਦੋਸਤੋ ਜੀ ਮੁਨਾਸਿਬ ਪ੍ਰਾਈਜ਼ਾਂ ਲੱਗਦੀਆਂ ਪਈਆਂ ਵੱਡੀਆਂ ਵੱਡੀਆਂ ਮਾਸ਼ਾਅੱਲਾ ਸੋਹਣੀਆਂ ਗਾਵਾਂ ਜਰਸੀ ਫ੍ਰੀਜ਼ੀਅਨ ਤੇ ਚੋਲਿਸਤਾਨੀ ਦੇ ਕ੍ਰਾਸ ਇਹ ਬੈੜੀ ਤੇ ਬੈਕ ਸਾਈਡ ਦੀ ਇਹਦੀ ਕੁਆਲਿਟੀ ਚੈੱਕ ਕਰੋ ਇੱਥੇ ਇਸ ਕੁਆਲਿਟੀ ਦੀ ਮਾਲਕ ਬ੍ਰੇਕ ਲਾ ਦਾ ਕੈਮਰੇ ਚ ਦਰਦੀ ਤਰਾ ਇਹਦਾ ਫਾਲ ਲੋ ਦੋਸਤੋ ਜੀ ਹੈਥ ਚੈੱਕ ਕਰੋ ਮਾਸ਼ਾਅੱਲਾ ਲਿਬਾਸ ਤਾਂ ਸੋਹਣਾ ਬਣਾਇਆ ਬੈੜੀਆਂ ਥੋ ਛੋੜ ਦਿਓ ਪੱਕੀ ਦੁੱਧ ਤੇ ਦੁੱਧ ਆਈ ਚੌਗੀ ਬੈੜੀ ਜੀ ਚੌਗੀ ਦੁੱਧ ਆ ਗਈ ਕਿਤਨਾ ਸਵੈਂਦੀ ਪੀ ਦੁੱਧ ਚਾਰ ਦੰਦ ਲਵੀਆਂ ਬੈੜੀਆਂ ਤੇ ਪਹਿਲਣਾ ਮਾਸ਼ਾਅੱਲਾ ਮਿਲਦੀਆਂ ਪਈਆਂ ਤੇ ਲਿਬਾਸ ਸੋਹਣਾ 13 ਲੀਟਰ ਦੀ ਚਵਾਈ ਨੰਬਰ 4 ਦਾ ਜਾਨਵਰ ਵੀ ਚੈੱਕ ਕਰਾਂ ਦੋਸਤੋ ਜੀ 4 ਨੰਬਰ ਦਾ ਮਾਸ਼ਾਅੱਲਾ ਜੀ ਐਚ ਐਫ ਬਰੀਡ ਇੱਕ ਚੈੱਕ ਕਰਾਣੀ ਬਾਈਆਂ ਨੇ ਬਹੁਤ ਵੱਡੇ ਰੇਟ ਦੀ ਗਾਂ ਹੈਥ ਚੈੱਕ ਕਰੋ ਪਹਿਲੇ ਸਬਾਬ ਵੀ ਖਾਵਾਂਗੇ ਤੇ ਫਿਰ ਗਾਂ ਦਾ ਭਾਈ ਅਜੇ ਐਰਾ ਪਈ ਰੱਖ ਦੀ ਗਿਆ ਗਾਂ ਹਾਲੇ ਕਾਰਵਾਈ ਹੁਣ ਰੱਖ ਰਹੀ ਹੈ ਹੁਣ ਕਾਰਵਾਈ ਸ਼ੁਰੂ ਹੋ ਗਈ ਕੀ ਬਾਤ ਕੀ ਬਾਤ ਬਹੁਤ ਮਾਸ਼ਾਅੱਲਾ ਪਿਆਰੀ ਬਰੀਡ ਦੋਸਤੋ ਜੀ ਫੇਸ ਕੁਆਲਿਟੀ ਫੋਟੋ ਤੇ ਹੀ ਗਾਂ ਦਿਖਾਈ ਦੇ ਆ ਫਿਰ ਚੈੱਕ ਕਰੀ ਫਿਰ ਇਹ ਹੈਥ ਹੁਣ ਦੋਸਤੋ ਜੀ ਬੈਕ ਸਾਈਡ ਤੇ ਦੇਖੋ ਹਾਂ ਅਜੇ ਦੀ ਕੁਆਲਿਟੀ ਜੀ ਹਾਂ ਅਜੇ ਭਾਈ ਜਨਾਬ ਟੋਰ ਕੇ ਵੀ ਚੈੱਕ ਕਰਾਉਂਦੇ ਹੱਥ ਹੁਣ ਚਲਦੀ ਨੰਬਰ 4 ਆਖਰੀ ਦਾਣਾ ਦੋਸਤੋ ਜੀ ਅੱਜ ਦੇ ਰੇਟ ਕੈਸੇ ਲੱਗੇ ਜ਼ਰੂਰ ਕਮੈਂਟ ਕਰਨਾ ਥੱਲੇ ਭਾਈ ਮਨਾਜ਼ਰ ਦੇ ਤੇ ਨੰਬਰ ਜਨਾਬ 4 ਦਾ ਮਾਸ਼ਾਅੱਲਾ ਜਾਨਵਰ ਚੈੱਕ ਕਰਨ ਦੇ ਪੈ 6 ਦੰਦ ਜਨਾਬ ਭਾਈ ਜੀ ਜੀ ਹੈਵੀ weight ਦਾ ਹੈਵੀ weight ਜੀ ਵੱਡੀ ਭਾਈ ਨਜ਼ਰ ਆਂਦੀ ਪਈ ਬਾਕੀ ਇੱਥੇ ਹੁਣ ਚੈੱਕ ਕਰੋ ਸਿਰ ਤੋਂ ਪੈਰ ਤੱਕ ਬੈੜੀ ਮਾਸ਼ਾਅੱਲਾ ਸਬਾਬ ਦੋਸਤੋ ਇੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ ਕਿਵੇਂ ਦਾ ਬਣਾਉਂਦੀ ਆਂਦੀ ਹੈ ਹੱਥ ਚੈੱਕ ਕਰੋ ਕਿੰਨਾ ਟਾਈਮ ਲੈ ਲੈ ਸੀ ਜਨਾਬ ਭਾਈ 7-8 ਦਿਨ ਆਰਾਮ ਨਾਲ 7-8 ਦਿਨ ਜੀ ਟਾਈਮ ਲੈ ਲਈ 7-8 ਦਿਨ ਜੀ ਆਰਾਮ ਨਾਲ ਦੇਖਣੇ ਲਈ ਹੈਵੀ weight ਦਾ ਅੱਜ ਅਲਮਦ ਡੈਰੀ ਫਾਰਮ ਤੇ ਕੀ ਰੇਟ ਲੱਗਦਾ ਜਨਾਬ ਭਾਈ ਗਾਂ ਜਿਹੜੀ ਨੇ 4.25 ਲੱਖ ਰੁਪਏ ਦੀ ਹੈ ਅੱਛਾ ਪਹਿਲੀ ਕਾਲ ਤੇ ਲੈਣ ਰਾਨ ਭਾਈ ਮੈਂ ਆਪਣੇ ਵੱਲ ਬੜਾ ਰੇਟ ਛੇਕ ਲਾ ਛੜਿਆ ਦੋਸਤੋ ਜੀ ਇੱਕ ਵਾਰੀ ਫੋਕਸ ਕਰੋ ਜੀ ਇਸ ਸਬਾਬ ਦੀ ਮਾਸ਼ਾਅੱਲਾ ਹੈ ਸਬਾਬ ਦੀ ਮਾਲਕ ਇੰਨੇ ਨਹੀਂ ਆਖਣਾ ਜੀ 3.75 ਮੰਗਿਆ ਜੀ ਮੈਂ ਰਿਹਾ ਭਾਈ ਮੈਂ ਚੀਜ਼ ਦਾ ਮੁੱਲ ਮੰਗਿਆ ਜੀ ਸ਼ਾਇਦ ਬਿਲਕੁਲ ਜੀ ਕੁਆਲਿਟੀ ਦਸਤੀ ਪਈ ਮਾਸ਼ਾਅੱਲਾ ਚੰਗੀ ਹੈਵੀ weight ਦਾ ਰਾਨ ਭਾਈ ਮੈਂ ਤੇ ਆਪਣੇ ਵੱਲ ਸਾਰੀ ਗੁੰਜਾਇਸ਼ ਗੱਲ ਹੈ ਮੋੜਨਾ ਕਮੈਂਟ ਨਹੀਂ ਆਂਦੇ ਅੱਜ
ਨਸੀਬਾਂ ਨਾਲ ਬਿਰਾਵਾ ਲੈਣਾ ਲੇਕਿਨ ਉਹਨਾਂ ਤੇ ਕੱਬਣ ਲੈ ਕੇ ਜਾਣੀ ਨਾ ਜੀ ਇਨਸ਼ਾਅੱਲਾ ਵੇਖੋ ਨਾ ਬ੍ਰੇਕ ਸਕਿਨ ਜੀ ਹਾਂ ਅੱਜ ਦੀ ਵੀਡੀਓ ਪੂਰੀ ਚਮਕਦਾਰੀ ਚੀਜ਼ ਹੈ ਲਾਈਕ ਲਾਜ਼ਮੀ ਕਰਨਾ ਹੈ ਬਾਈ ਮਨਾਜ਼ਰ ਦਾ ਅੱਜ ਰੇਟ ਕਿਵੇਂ ਲੱਗੇ ਜ਼ਰੂਰ ਬਾਈਆਂ ਦੱਸਣਾ ਤੇ ਹੱਥ ਜਨਾਬ ਇੱਕ ਵਾਰੀ ਫੇਰ ਕੁਆਲਿਟੀ ਫੋਕਸ ਕਰੋ ਅਜੇ ਮਾਸ਼ਾਅੱਲਾ ਬੜਾ ਪਿਆਰਾ ਲਿਬਾਸ ਫੇਰ ਸਿੱਬੂ ਪਿਆਰਾ ਗਾਂ ਕੋਲ ਹੱਥ ਇੱਕ ਵਾਰੀ ਦੂਰੋਂ ਚੈੱਕ ਕਰ ਲਓ ਬਾਕੀ ਨੈਕਸਟ ਵੀਡੀਓ ਚ ਇਨਸ਼ਾਅੱਲਾ ਮੁਲਾਕਾਤ ਹੋਸੀ ਪਾਕਿਸਤਾਨ ਜ਼ਿੰਦਾਬਾਦ।